सतगुरु की
ਪ੍ਰਤੀਤ ਨਾਹੀ ਸਤਿਗੁਰ ਕੀ ਪ੍ਰਤੀਤ ਨਾਹੀ ਅੰਤਰ ਅਗਿਆਨ ਭਈ ਮਤ ਮਧਮ ਅੰਤਰ ਅਗਿਆਨ ਭਈ ਮਤ ਮਧਮ ਸਤਿਗੁਰ ਕੀ ਪ੍ਰਤੀਤ ਨਾਹੀ ਸਤਿਗੁਰ ਕੀ ਪ੍ਰਤੀਤ ਨਾਹੀ ਪਈ ਮਤ ਮਧਮ ਪਈ ਮਤ ਮਧਮ ਅੰਤਰ ਕਪਟ ਅੰਤਰ ਕਪਟ ਸਭ ਕਪਟੋ ਕਰ ਜਾਣੇ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਕਪਟੇ ਖੁਲਾਈ ਕਪਟੇ ਖਪੈ ਖਪਾ ਅੰਤਰ ਕਪਟੇ ਸਭ ਕਪਟੋ ਕਰ ਜਾਣੇ ਕਪਟੇ ਖਪੈ ਖਪਾਈ ਪਈ ਮਤ ਮਧਮ ਪਈ ਮਤ ਮਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਤਰ ਅਗਿਆਨ ਪਈ ਮਤ ਮਧਮ ਪਈ ਮਤ ਮਧਮ ਸਤਿਗੁਰ ਕਾ ਪਾਣਾ ਚਿੱਤ ਨਾ ਆਵੇ ਸਤਿਗੁਰ ਕਾ ਪਾਣਾ
ਚਿੱਤ ਨਾ ਆਵੇ ਆਪਣੇ ਸੁਆਏ ਫਿਰਾਈ
ਅੰਦਰ ਕਪਟ ਸਭ ਕਪਟੋ ਕਰ ਜਾਣੇ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਖਪਾਈ ਪਈ ਮਤ ਮਧਮ ਭਈ ਮਤ ਮਧਮ ਸਤਿਗੁਰ ਕਾ ਬਾਣਾ ਚਿਤ ਨ ਆਵੇ ਬਿਨ ਸਤਿਗੁਰ ਸੇਵੈ ਬਿਨ ਸਤਿਗੁਰ ਸੇਵੈ ਬਹੁਤਾ ਦੁੱਖ ਲਾਗਾ ਸਤਿਗੁਰ ਕਾ ਬਾਣਾ ਚਿਤ ਨ ਆਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਅੰਤਰ ਜੋਰ ਹਉ ਮੈਂ ਤਨ ਮਾਇਆ ਸਤਿਗੁਰ ਕਾ ਬਾਣਾ ਚਿਤ ਨ ਆਵੇ ਕੂੜੀ ਆਵੇ ਜਾਏ ਭਈ ਮਤ ਮਧਮ ਇੱਥੇ ਇੱਕ ਲਫ਼ਜ਼ ਤੇ ਰੁਕਣਾ ਚਾਹੁੰਦਾ ਮੱਧਮ ਦਰਮਿਆਨੀ ਨੀਚ ਨਹੀਂ ਤਿੰਨ ਤਰ੍ਹਾਂ ਦੀ ਸਤਾ ਹੁੰਦੀ ਹੈ ਇੱਕ ਨੀਵੀਂ ਬਹੁਤ ਨੀਵੀਂ ਰਸਾਤਲ ਇੱਕ ਮੀਡੀਅਮ ਮੱਧ ਦਰਮਿਆਨੀ ਨਾ ਉੱਚੀ ਨਾ ਨੀਵੀਂ ਇੱਕ ਹੁੰਦੀ ਹੈ ਉੱਤਮ ਇੱਥੇ ਲਫ਼ਜ਼ ਮੱਧਮ ਦਿੱਤਾ ਗਿਆ ਹੈ ਮਤ ਨੂੰ ਇਹਦਾ ਮਤਲਬ ਮਤ ਵੀ ਤਿੰਨ ਸਤਾ 'ਤੇ ਹੋ ਸਕਦੀ ਹੈ ਨੀਚ ਮਤ ਨੀਚ ਮਤ ਜਪਜੀ ਸਾਹਿਬ ਦੀ ਵਿਆਖਿਆ ਕਰਦਿਆਂ ਮੈਂ ਇੱਕ ਗੱਲ ਕਹੀ ਸੀ ਕਿ ਤਿੰਨ ਪੌੜੀਆਂ ਨੇ ਅਸੰਖ ਦੀਆਂ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਤੇ ਤਿੰਨਾਂ ਦੇ ਅਖੀਰ 'ਤੇ ਤੂੰ ਸਦਾ ਸਲਾਮਤ ਨਿਰੰਕਾਰ ਹੈ ਕਾਫੀਆ ਮਿਲਦਾ ਹੈ ਪਰ ਅਸੀਂ ਜਿਵੇਂ ਮੈਂ ਰਾਤ ਅਰਜ਼ ਕੀਤੀ ਸੀ ਨਾ ਬੜੀ ਮੁਸ਼ਕਲ ਬਣ ਗਈ ਹੈ ਕਿ ਸ਼ਬਦ ਦੀ ਵਿਚਾਰ ਨਹੀਂ ਕਰ ਰਿਹਾ
ਤਿੰਨਾਂ ਪੌੜੀਆਂ ਵਿੱਚ ਨਾਨਕ ਨੀਚ ਕਹੇ ਵਿਚਾਰ ਦਾ ਲਫਜ਼ ਨਹੀਂ ਆਇਆ, ਸਿਰਫ ਇੱਕ ਵਿੱਚ ਆਇਆ। ਤਿੰਨ ਪੌੜੀਆਂ ਨੇ, ਅਸੰਖ ਜਪ, ਅਸੰਖ ਬਹਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗਮਣ ਵਿਦਵਾਨਾਂ ਅਤੇ ਅਖੀਰਲੀ ਫਿਰ ਪੌੜੀ ਤੀਜੀ ਜਿਹੜੀ ਹੈ, ਅਸੰਖ ਨਾਵ, ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਬਾਰ। ਉਹਦੇ ਵਿੱਚ ਵੀ ਨਾਨਕ ਨੀਚ ਕਹਿ ਵਿਚਾਰ ਨਹੀਂ। ਇੱਕ ਦਰਮਿਆਨ ਦੀ ਪੌੜੀ ਹੈ ਜਿਹਦੇ ਵਿੱਚ ਆਖਿਆ ਨੇ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਮਰ ਕਰ ਜਾ ਜੋ ਸੰਗਲ ਵਡਾ ਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੈ ਬਾਹਰ। ਇਹਦੇ ਵਿੱਚ ਅੱਗੇ ਆਇਆ ਨਾਨਕ ਨੀਚ ਕਹਿ ਵਿਚਾਰ। ਬੜੇ ਸਧਾਰਨ ਵਿਦਵਾਨ ਵੀ ਮੈਂ ਕਹਿ ਲਵਾਂ, ਉਹ ਕਈ ਵਾਰ ਇਹ ਕਹਿ ਦਿੰਦੇ ਨੇ ਵੀ ਗੁਰੂ ਨਾਨਕ ਨੇ ਵੀ ਆਪਣੇ ਆਪ ਨੂੰ ਨੀਚ ਆਖਿਆ, ਨਾਨਕ ਨੀਚ ਕਹਿ, ਨਾਨਕ ਨੂੰ ਨੀਚ ਲਫਜ਼ ਨਾਲ ਜੋੜ ਦਿੰਦੇ ਨੇ। ਨਹੀਂ, ਕਿਉਂਕਿ ਪਹਿਲੀ ਪੌੜੀ ਜਿਹੜੀ ਹੈ ਉਹਦੇ ਵਿੱਚ ਨੀਚਾਂ ਦੀ ਵਿਚਾਰ ਨਹੀਂ। ਅਸੰਖ ਜਪ, ਅਸੰਖ ਬਹਾਉ ਵਾਲਿਆਂ ਦੀ ਹੈ। ਤੀਜੀ ਜਿਹੜੀ ਪੌੜੀ ਹੈ ਉਹਦੇ 'ਚ ਵੀ ਨੀਚਾਂ ਦੀ ਵਿਚਾਰ ਨਹੀਂ, ਅਸੰਖ ਨਾਵ, ਅਸੰਖ ਥਾਵ, ਗਮ ਗਮ ਅਸੰਖ ਲੋ ਦੀ ਹੈ। ਇਸ ਪੌੜੀ ਵਿੱਚ ਕਿਉਂਕਿ ਸਾਰੀ ਵਿਚਾਰ ਹੀ ਉਹ ਚੱਲ ਰਹੀ ਹੈ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਇਸ ਲਈ ਅਖੀਰ 'ਤੇ ਇਹ ਲਾਦਾ ਨਾਨਕ ਨੀਚ ਕਹੇ ਵਿਚਾਰ। ਨੀਵੀਂ ਅਵਸਥਾ ਦੇ, ਨੀਵੀਂ ਮਤ ਦੇ ਲੋਕਾਂ ਦੀ ਵਿਚਾਰ ਇਸ ਪੌੜੀ ਵਿੱਚ ਹੈ। ਉਹ ਹਨ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅੰਖ ਅਮਰ ਕਰ ਜਾਏ ਜੋਰ, ਸਿੰਗਲ ਵਡਾ ਤਿਆ ਕਮਾਏ। ਨੀਚ ਮਤ ਦੀ ਗੱਲ, ਪਰ ਇੱਥੇ ਨੀਚ ਨਹੀਂ, ਉੱਤਮ ਵੀ ਨਹੀਂ, ਕਿਉਂਕਿ ਉੱਤਮ ਦੀ ਤਾਂ ਮੰਗ ਹੈ, ਉੱਤਮ ਮਤ ਮੇਰੇ ਹਿਰਦੇ ਤੋਂ ਆਓ। ਉਹਦੀ ਨਿਸ਼ਾਨੀ ਕੀ ਹੈ? ਧਿਆਵੋਂ ਗਾਵਾਂ ਗੁਣ ਗੋਬਿੰਦਾ, ਅਤ ਪ੍ਰੀਤਮ ਮੋਇ ਲਾਗੇ ਨਾ। ਉਹ ਉੱਤਮ ਮਤ ਦੀ ਇਹ ਨਿਸ਼ਾਨੀ, ਪਰ ਇੱਥੇ ਲਫਜ਼ ਨਾ ਨੀਚ ਮਤ ਹੈ ਨਾ ਉੱਤਮ ਮਤ ਹੈ, ਬਲਕਿ ਕੀ ਹੈ? ਅੰਤਰ ਅਗਿਆਨ ਭਾਈ ਮਤ ਮੱਧਮ, ਅਗਿਆਨਤਾ ਦੇ ਨਾਲ ਮਤ ਜਿਹੜੀ ਹੈ ਉਹ ਦਰਮਿਆਨ ਵਿੱਚ ਖਲੋਤੀ ਹੈ, ਮੱਧਮ ਹੈ, ਮੱਧ ਵਿੱਚ, ਦਰਮਿਆਨ ਵਿੱਚ ਖਲੋਤੀ ਹੈ। ਦਰਮਿਆਨੀ ਕਿਉਂ ਹੈ? ਇਸ ਲਈ ਇਹ ਵੀ ਗੁਰੂ ਤਾਂ ਹੈ, ਜੇ ਤਾਂ ਗੁਰੂ ਹੀ ਨਾ ਹੁੰਦਾ ਫਿਰ ਤਾਂ ਉਹ ਨੀਚ ਮਤ ਸੀ। ਆਖੀ ਜਾਂਦਾ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਕਹੀ ਜਾਂਦਾ ਹੈ।
ਗੁਰੂ ਤਾਂ ਹੈ। ਪਰ ਮੱਧਮ ਇਸ ਲਈ ਆਖਣਾ, ਉੱਤਮ ਇਸ ਲਈ ਨਹੀਂ ਕਿਉਂਕਿ ਗੁਰੂ ਤਾਂ ਹੈ ਪਰ ਗੁਰੂ ਤੇ ਪ੍ਰਤੀਤ ਨਹੀਂ। ਲਓ ਇੱਥੇ ਰੁਕਣਾ ਹੈ, ਮੈਂ ਰਾਤ ਵੀ ਲਫ਼ਜ਼ ਅਰਥ ਸਾਂ ਵੀ ਗੁਰਬਾਣੀ ਵਿੱਚੋਂ ਇਹੋ ਹੀ ਚੀਜ਼ ਲੱਭੀ, ਇੱਕ ਇੱਕ ਲਫ਼ਜ਼ ਗੁਰੂ ਨੇ ਬੜਾ ਚੁਣ ਚੁਣ ਕੇ ਰੱਖਿਆ। ਕਹਿੰਦੇ ਨੇ ਗੁਰੂ ਹੋਣਾ ਅਤੇ ਗੁਰੂ ਅਤੇ ਪ੍ਰਤੀਤ ਹੋਣਾ ਦੋ ਵੱਖਰੀਆਂ ਗੱਲਾਂ ਨੇ। ਇੰਨਾ ਕੁ ਪਤਾ ਹੈ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਜਿਹਦੇ ਕੋਲ ਪੁੱਛੋ ਉਹ ਕਹਿੰਦੇ ਉਹ ਆਖੇਗਾ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਪਰ ਅਗਲੇ ਪਾਸੇ ਲਫ਼ਜ਼ ਨੇ ਪ੍ਰਤੀਤ ਕੋਈ ਨਹੀਂ। ਸਾਧੂ ਨੇ ਬਾਣੀ ਅੰਦਰ ਫੈਸਲੇ ਦਿੱਤੇ ਨੇ ਅਤੇ ਕਹਿੰਦੇ ਨੇ ਜਿਸ ਨੂੰ ਪ੍ਰਤੀਤ ਹੋਵੇ, ਜਿਸ ਨੂੰ ਪ੍ਰਤੀਤ ਹੋਵੇ ਤਿਸ ਦਾ ਗਾਵੇ ਅਥਾਏ ਪਵੇ। ਸ਼ਬਦ ਪੜ੍ਹੀ ਜਾਂਦਾ, ਗੁਰਬਾਣੀ ਗਾਵੀ ਵੀ ਜਾਂਦਾ। ਕਹਿੰਦਾ ਮੈਂ ਗੁਰਬਾਣੀ ਦੀ ਕਥਾ ਕਰ ਰਿਹਾ, ਗੁਰਬਾਣੀ ਦਾ ਕੀਰਤਨ ਕਰ ਰਿਹਾ। ਪਰ ਭਲਿਆ ਜੋ ਕੀਰਤਨ ਕਰ ਰਿਹਾ, ਜੋ ਕਥਾ ਕਰ ਰਿਹਾ, ਜੋ ਗਾ ਰਿਹਾ, ਉਹਦੇ 'ਤੇ ਤੇਰੀ ਪ੍ਰਤੀਤ ਹੈ? ਪ੍ਰਤੀਤ ਦਾ ਮਤਲਬ ਹੈ ਵਿਸ਼ਵਾਸ। ਸਤਿਗੁਰੂ ਕਹਿ ਰਿਹਾ ਨੇ ਜਿਸ ਨੂੰ ਪ੍ਰਤੀਤ ਹੋਵੇ ਤਿਸ ਦਾ ਗਾਵੇ ਅਥਾਏ ਪਵੇ। ਸੋ ਆ ਪਾਵੇ ਦਰਗੇ ਮਾਨ ਜਿਸ ਨੂੰ ਪ੍ਰਤੀਤ ਹੋਵੇ। ਤੇ ਨਾਲ ਹੀ ਅਗਲੇ ਪਾਸੇ ਦੂਜਾ ਪੱਖ ਰੱਖ ਦਿੱਤਾ, ਕਹਿਣ ਲੱਗੀ ਜੋ ਬਿਨ ਪ੍ਰਤੀਤੀ ਕੋਈ ਭੁਲੇਖਾ ਨਹੀਂ। ਉਹ ਭਲਿਓ ਗੁਰਬਾਣੀ ਵਿੱਚੋਂ ਅਸੀਂ ਬਿਲਕੁਲ ਉਜਲਾ ਰਾਹ, ਭੁਲੇਖੇ ਵਾਲਾ ਨਹੀਂ, ਕਨਫਿਊਜ਼ਨ ਵਾਲਾ ਨਹੀਂ, ਅੰਧੇਰੇ ਵਾਲਾ ਨਹੀਂ, ਰੋਸ਼ਨ ਰਾਹ ਦੇਖਣ ਆਉਂਦੇ ਹਾਂ। ਇੱਕ ਪਾਸੇ ਆਖਦੇ ਨੇ ਜਿਸ ਨੂੰ ਪ੍ਰਤੀਤ ਹੋਵੇ ਤਿਸ ਦਾ ਗਾਵਿਆ ਥਾਂ ਪਵੇ। ਮੱਧਮ ਕਿਉਂ ਆਖਿਆ? ਵੀ ਗਾ ਤਾਂ ਬਣੀ ਰਿਹਾ, ਗਾ ਤਾਂ ਬਣੀ ਰਿਹਾ ਪਰ ਪ੍ਰਤੀਤ ਨਹੀਂ ਬਣੀ, ਬਾਣੀ ਅਨੁਸਾਰ ਚੱਲ ਨਹੀਂ ਰਿਹਾ, ਗੱਲ ਕਿਸੇ ਹੋਰ ਦੀ ਮੰਨਦਾ, ਕਿਸੇ ਸਾਧ ਦੀ ਮੰਗਦਾ, ਗਾਹ ਬਣੀ ਰਿਹਾ। ਅਤੇ ਜੇ ਕੋਈ ਪੁੱਛਦਾ ਤਾਂ ਆਖ ਵੀ ਦਿੰਦਾ ਵੀ ਮੇਰਾ ਤਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਪਰ ਪ੍ਰਤੀਤ ਨਹੀਂ। ਦੋ ਗੱਲਾਂ ਵੱਖ ਵੱਖ ਨੇ, ਇਸੇ ਲਈ ਮੱਧਮ ਕਹਿ ਦਿੱਤਾ। ਕਹਿਣ ਲੱਗੇ ਦਰਮਿਆਨ ਵਿੱਚ ਖਲੋਤਾ, ਨਾ ਉੱਤਮ ਹੈ ਨਾ ਨੀਚ ਹੈ, ਅਤੇ ਹੈ ਕਿੱਥੇ? ਅਗਲੇ ਪਾਸੇ ਲਫ਼ਜ਼ ਨੇ ਜਿਸ ਨੂੰ ਪ੍ਰਤੀਤ ਹੋ
ਦਿਸਦਾ ਗਾਵੇ ਥਾਏ ਪਵੇ ਸੋ ਪਵੇ ਦਰਗੇ ਮਾਣੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਕੋਈ ਭੁਲੇਖਾ ਨਹੀਂ ਜਿਹੜੇ ਗੁਰੂ ਤੇ ਪ੍ਰਤੀਤ ਨਹੀਂ ਕਰਦੇ ਤੇ ਕਪਟੀ ਆ ਲਫ਼ਜ਼ ਆ ਵੀ ਸਮਝਣਾ ਹੈ ਰਾਤ ਵੀ ਇੱਕ ਲਫ਼ਜ਼ ਆਏ ਸਨ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਲੜੀਵਾਰ ਚੱਲ ਰਹੇ ਰਾਤ ਦੇ ਸ਼ਬਦ ਨਾਲ ਸੰਬੰਧਿਤ ਹੀ ਸਵੇਰੇ ਕੁਝ ਖਿਆਲ ਦੇਣ ਲੱਗਾ ਰਾਤ ਵੀ ਇੱਕ ਲਫ਼ਜ਼ ਆਏ ਸਨ ਕਿ ਪੜ੍ਹਦਾ ਨਹੀਂ ਅਸੀਂ ਪੜਦਿਆਂ ਵਿੱਚ ਉਲਝ ਗਏ ਹਾਂ ਅਤੇ ਪੜਦੇ ਉਦੋਂ ਹੀ ਪਾਈਦੇ ਨੇ ਜਦੋਂ ਡਰ ਹੋਵੇ ਮੇਰਾ ਪੜਦਾ ਉੱਗੜ ਨਾ ਜਾਏ ਅਤੇ ਮੈਂ ਰਾਤ ਅਰਜ਼ ਕੀਤੀ ਸੀ ਪਹਿਲਾਂ ਅਸੀਂ ਆਖਿਆ ਗੁਰੂ ਨੇ ਸਿਰ ਵੱਢੇ ਸੀਸ ਮੰਗਣ ਦਾ ਮਤਲਬ ਸੀ ਸਿਰ ਵੱਢੇ ਅਤੇ ਜਦੋਂ ਇਹ ਗੱਲ ਸਾਨੂੰ ਜਸਟੀਫਾਈ ਕਰਨੀ ਔਖੀ ਹੋ ਗਈ ਫਿਰ ਇਸ ਆਖਿਆ ਨਾਲ ਨਹੀਂ ਬੱਕਰੇ ਵੱਢੇ ਅਤੇ ਜਦੋਂ ਦੋਵਾਂ ਚੀਜ਼ਾਂ ਨੇ ਕਨਫਿਊਜ਼ ਕਰ ਦਿੱਤਾ ਫਿਰ ਅਸੀਂ ਇਹ ਹੋਰ ਪੜਦਾ ਪਾਇਆ ਗੁਰੂ ਸਾਹਿਬ ਨੇ ਕਨਾਤ ਲਾ ਲਈ ਸਾਨੂੰ ਕੀ ਪਤਾ ਕਨਾਤ ਦੇ ਅੰਦਰ ਲੈ ਜਾਂਦੇ ਸਨ ਉੱਥੇ ਬੱਕਰੇ ਵੱਢੇ ਕਿ ਸੀਸ ਵੱਢੇ ਕਨਫਿਊਜ਼ਨ ਵਿੱਚੋਂ ਚੀਜ਼ ਪੈਦਾ ਹੋਈ ਨਾ ਅਤੇ ਇੱਕ ਖਿਆਲ ਕਰਿਓ ਮੈਂ ਰਾਤ ਅਰਜ਼ ਕੀਤੀ ਅਸੀਂ ਗੁਰੂ ਕੁਝ ਵੀ ਪੜਦੇ ਵਿੱਚ ਨਹੀਂ ਕਰਦਾ ਪੜਦੇ ਵਿੱਚ ਤਾਂ ਕਰੇ ਜੇ ਉਹਨੇ ਧੋਖਾ ਕਰਨਾ ਹੋਵੇ ਪੜਦੇ ਤਾਂ ਲਾਉਂਦਾ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਹੋਏ ਦਿਆਲ ਗੁਰ ਲਾਇਓ ਪਾਰ ਦਿਓ ਖੋਲ ਕੇ ਵਾਰਾ ਹਾਂ ਕਪਟ ਕੀ ਲਫ਼ਜ਼ ਕੀ ਪੜਦਾ ਕਪਟ ਦਾ ਅਰਥ ਲਫ਼ਜ਼ ਬਣਿਆ ਕਪਾਟ ਤੋਂ ਅਤੇ ਕਪਾਟ ਦਾ ਲਫ਼ਜ਼ ਬਣਿਆ ਕਿਵਾੜ ਤੋਂ ਕਿਵਾੜ ਕਹਿੰਦੇ ਨੇ ਦਰਵਾਜ਼ੇ ਨੂੰ ਸਾਡੀ ਬੋਲੀ ਖੋਲ ਕਿਵਾੜਾ ਦਰਸ ਦਿਖਾਇਆ ਜਦੋਂ ਕਿਸੇ ਨੂੰ ਮਿਲਣਾ ਹੋਵੇ ਨਾ ਉਦੋਂ ਦਰਵਾਜ਼ਾ ਖੋਲੀਦਾ ਕੋਈ ਦਰਵਾਜ਼ੇ 'ਤੇ ਖੜ੍ਹਾ ਹੋਵੇ ਹੈਰਾਨ ਹੋਣਾ ਬਾਣੀ ਵਿੱਚ ਕੈਸੀਆਂ ਸ਼ਬਦਾਵਲੀਆਂ ਵਰਤੀਆਂ ਗਈਆਂ ਨੇ ਜਦੋਂ ਕੋਈ ਦਰਵਾਜ਼ੇ 'ਤੇ ਖੜ੍ਹਾ ਹੋਵੇ ਨਾ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਦਰ ਮਾਦੇ ਸਾਡੇ ਦਰਬਾਰ ਅੱਗੇ ਕੀ ਹੈ ਤੁਝ ਬਿਨ ਸਰਤ ਕਰੇ ਕਿ ਮੇਰੀ ਦਰਸ਼ਨ ਦੀਜੈ ਖੋਲ ਕਿਵਾੜ ਹੈ ਖੋਲ ਕਿਵਾੜ ਦਾ ਅਰਥ ਹੈ ਦਰਵਾਜ਼ਾ ਖੋਲ ਅਤੇ ਗੁਰੂ ਨੇ ਬਾਣੀ ਵਿੱਚ ਆਖਿਆ ਖੋਲ ਕੇ ਵਾੜਾ ਦਰਸ਼ ਦਿਖਾਇਆ ਜੈਸਾ ਸਾ ਤੈਸਾ ਦਿਖਲਾਇਆ ਕਹੋ ਨਾਨਕ ਅਬ ਪੜਦਾ ਟੂਟਾ ਸਭ ਪੜਦਾ ਟੂਟਾ ਹੁਣ ਕੋਈ ਪੜਦਾ ਨਹੀਂ ਰਿਹਾ ਹਾਂ ਤੇਰਾ ਤੂੰ ਮੈਂ ਮਨ ਬੂਠਾ ਦਰਮਿਆਨ ਵਿੱਚੋਂ ਪੜਦੇ ਹਟਾ ਦਿੱਤੇ ਅਤੇ ਪੜਦਾ ਕੀ ਹੈ ਦਰਵਾਜ਼ਾ ਦਰਵਾਜ਼ਾ ਮਨੁੱਖ ਉਦੋਂ ਬੰਦ ਕਰਦਾ ਹੈ ਜਦੋਂ ਆਪਣੀ ਪ੍ਰਾਈਵੇਸੀ ਦਾ ਮਸਲਾ ਹੋਵੇ
ਤੇ ਕਪਟੀ ਦਾ ਅਰਥ ਕੀ ਹੈ? ਜਿਹੜਾ ਦਰਵਾਜ਼ਾ ਬੰਦ ਕਰਕੇ ਕਿਸੇ ਓਹਲੇ ਵਿੱਚ ਕੁਝ ਕਰਨਾ ਪਵੇ, ਪੜਦੇ ਵਿੱਚ ਕੁਝ ਕਰਨਾ ਚਾਹੇ, ਤੇ ਜਦੋਂ ਮੈਨੂੰ ਕਨਫਿਊਜ਼ ਹੁੰਦਾ ਨਾ ਉਦੋਂ ਫਿਰ ਪੜਦੇ ਕਰਦਾ ਉਹ ਭਰਿਓ। ਗੁਰੂ ਪੜਦੇ ਨਹੀਂ ਕਰਦਾ, ਗੁਰੂ ਤਾਂ ਪੜਦੇ ਲਾਉਂਦਾ, ਉਹਨੇ ਕੋਈ ਝੂਠ ਥੋੜਾ ਬੋਲਣਾ, ਉਹਨੇ ਕੋਈ ਧੋਖਾ ਥੋੜਾ ਕਰਨਾ ਕਿ ਉਹ ਪੜਦੇ ਕਰੇ, ਪੜਦੇ ਲਾਉਂਦਾ। ਪਰ ਮਨੁੱਖ ਜਿਹੜਾ ਹੈ ਉਹ ਕਪਟ ਹੈ, ਕਪਟ ਹਿਰਦੇ ਵਿੱਚ ਟਿਕਾਈ ਬੈਠਾ, ਕਪਟੀ ਹੈ, ਭਾਵ ਦਰਵਾਜ਼ੇ ਬੰਦ ਕਰਕੇ ਕੰਮ, ਕੋਈ ਨਾ ਕੋਈ ਓਹਲਾ ਚਾਹੁੰਦਾ। ਅਤੇ ਇੱਕ ਖਿਆਲ ਕਰਿਓ, ਜਦੋਂ ਗੁਰੂ ਤਾਂ ਪ੍ਰਤੀਤ ਨਹੀਂ ਸੀ ਨਾ, ਉਦੋਂ ਵੀ ਮਨੁੱਖ ਨੇ ਜੋ ਕੁਝ ਆਖਿਆ ਉਹ ਕਪਟੀ ਬਣ ਕੇ, ਕੋਈ ਓਹਲਾ ਲੈ ਕੇ, ਕੋਈ ਪਰਦਾ ਲੈ ਕੇ ਆਖਿਆ। ਅੱਜ ਸਾਡੇ ਵਿੱਚ ਵੀ ਉਹ ਕੁਝ ਹੈ। ਗੁਰੂ ਨੇ ਆਖਿਆ, ਕਹਿਣ ਲੱਗੇ ਜਿਹਨਾਂ ਕੋਲ ਪ੍ਰਤੀਤ ਨਹੀਂ ਉਹ ਕਪਟੀ ਨੇ, ਲਫ਼ਜ਼ ਇੱਥੇ ਨਾਲ ਕਪਟੀ ਲਿਆ ਦਿੱਤਾ। ਕਹਿਣ ਲੱਗੇ ਜੋ ਬਿਨ ਪ੍ਰਤੀਤੀ ਕਪਟੀ, ਜੋ ਬਿਨ ਪ੍ਰਤੀਤੀ ਕਪਟੀ, ਕੂੜੀ ਕੂੜੀ ਅੱਖੀ ਮੀਟਦੇ। ਦਰਵਾਜ਼ੇ ਦਾ ਓਹਲਾ ਪਾਲਦੇ ਸਾਡੇ ਵੀ ਇੱਕ ਪਾਸੇ ਆਖੀ ਜਾਂਦੇ ਨੇ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਤੇ ਫਿਰ ਨਾਲ ਆਖ ਦਿੰਦੇ ਨੇ ਓਹਲਾ ਲੈਂਦੇ ਨੇ ਨਾ। ਅਸੀਂ ਪੰਥਕ ਰਹਿਤ ਮਰਿਆਦਾ ਨੂੰ ਇੰਨ ਬਿੰਨ ਬਣਨੇ ਆ, ਉਹ ਭਰਿਓ ਰਹਿਤ ਮਰਿਆਦਾ ਨਹੀਂ ਕਿ ਗੁਰੂ ਦੀ ਪ੍ਰਤੀਤ ਨਹੀਂ ਤੁਹਾਨੂੰ ਵੀ ਗੁਰੂ ਰਹਿਤ ਮਰਿਆਦਾ ਦਿੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਸਿੱਖ ਦੀ ਰਹਿਤ ਮਰਿਆਦਾ ਹੈ। ਗੁਰੂ ਤਾਂ ਅਸੀਂ ਲਿਖੇਂਦਾ ਭਲਿਆ ਪੜਦਾ ਉਤਾਰ ਦੇ, ਮੈਂ ਹੈਰਾਨ ਹੁੰਦਾ। ਗੁਰਬਾਣੀ ਅੰਦਰ ਸਿੱਖ ਨੂੰ ਮੁਖਾਤਬ ਕਰਕੇ ਇੱਕ ਲਫ਼ਜ਼ ਵਰਤੇ ਗਏ ਨੇ, ਕਹਿੰਦੇ ਨੇ ਅੰਤਰ ਕਪਟ ਚੁਕਾਓ ਮੇਰੇ ਗੁਰ ਸਿੱਖੋ। ਸਿੱਖ ਲਫ਼ਜ਼ ਮੁਖਾਤਬ ਕੀਤਾ, ਮੇਰੇ ਸਿੱਖ ਖਵਾਉਣ ਵਾਲੇ ਹੋ, ਫਿਰ ਪੜਦੇ ਲੈਂਦੇ ਹੋ, ਆ ਪੜਦੇ ਲਾਓ, ਖੁੱਲ ਕੇ ਆਖੋ ਅਸੀਂ ਗੁਰੂ ਦੀ ਬਾਣੀ ਮੰਨਣੇ ਆ। ਗੁਰੂ ਆਖ ਰਿਹਾ ਹੋਵੇ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆਸਰ ਬਾਣੀ। ਗੁਰੂ ਆਖ ਰਿਹਾ ਹੋਵੇ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ। ਗੁਰੂ ਇਹ ਆਖ ਰਿਹਾ ਹੋਵੇ ਕੀ ਤੁਸੀਂ ਮੰਨਦੇ ਹੋ? ਇਹਦਾ ਮਤਲਬ ਪ੍ਰਤੀਤ ਨਹੀਂ, ਗੱਲ ਮੈਂ ਉੱਥੇ ਜਾਣ ਵੀ ਅਗਿਆਨ ਜਿਹੜਾ ਹੈ ਉਹ ਮਤ ਮੱਧਮ ਕਰ ਦਿੰਦਾ ਹੈ,
ਮਨੁੱਖ ਸੰਸਾਰ ਅੰਦਰ ਸੱਚ ਅਤੇ ਝੂਠ ਦੋਵਾਂ ਦਾ ਫੈਸਲਾ ਹੀ ਨਹੀਂ ਕਰ ਸਕਦਾ, ਮੱਧ ਵਿੱਚ ਖੜਾ ਹੋ ਜਾਂਦਾ ਹੈ, ਦਰਮਿਆਨ ਵਿੱਚ ਆਖਦਾ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਤੇ ਫਿਰ ਓਹਲੇ ਪੜਦੇ ਕਪਟ ਦਰਵਾਜ਼ੇ ਭਾਲਦਾ ਜਿਹਦੇ ਓਹਲੇ ਮੈਂ ਕਿਸੇ ਹੋਰ ਨੂੰ ਵੀ ਮੰਨ ਸਕਾਂ, ਕਿਉਂਕਿ ਗੁਰੂ ਤਾਂ ਪ੍ਰਤੀਤ ਨਹੀਂ ਨਾ। ਸਾਧੂ ਨੇ ਬਾਣੀ ਵਿੱਚ ਆਖਿਆ ਕਪਟ ਵਾਲੇ ਦੀ ਨਿਸ਼ਾਨੀ ਕੀ ਹੈ, ਹਿਰਦੇ ਕਪਟ ਮੁੱਖ ਗਿਆਨੀ ਗੁਰਬਾਣੀ ਹੈ, ਹਿਰਦੇ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਿਲੋ ਵਸ ਪਾਣੀ। ਉਹ ਝੂਠ ਬੋਲਣ ਵਾਲੇ ਆ ਗੁਰੂ ਕੋਲੋਂ ਪ੍ਰਤੀਤ ਨਾ ਰੱਖ ਖਾਏ, ਓਹਲੇ ਵਿੱਚ ਕਿਸੇ ਹੋਰ ਦੇ ਨਾਮ ਥੱਲੇ ਆਪਣਾ ਯਕੀਨ। ਮੈਂ ਅੱਗੇ ਕਈ ਵਾਰ ਕਰ ਸਕਦਾ ਫਿਰ ਕਹਿਣ ਲਈ ਤਿਆਰ ਆ ਕਿ ਜਿਹੜੀ ਗੱਲ ਰਹਿਤ ਮਰਿਆਦਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਕੂਲ ਹੈ ਉਹਦੇ ਨਾਲ ਮੇਲ ਖਾਂਦੀ ਹੈ, ਮੈਂ ਵੀ ਉਹਦੇ ਅੱਗੇ ਸਿਰ ਚੁਕਾਉਣਾ, ਕੋਈ ਇਖਤਲਾਫ ਨਹੀਂ। ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਕਹਿੰਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਇਹ ਕਹਿ ਰਿਹਾ ਸਤਿਗੁਰੂ ਬਿਨਾਂ ਹੋਰ ਕੱਚੀ ਆ ਬਾਣੀ, ਅਤੇ ਤੂੰ 60% ਸਤਿਗੁਰੂ ਬਿਨਾਂ ਹੋਰ ਬਾਣੀ ਪਾਈ ਬੈਠਾ ਆਪਣੇ ਨਿਤਨੇਮ ਵਿੱਚ, ਤੂੰ ਇਹ ਸਾਬਤ ਕਰ ਰਿਹਾ ਜੇ ਉਹ 60% ਬਾਣੀ ਨਾ ਹੋਵੇ ਜਿਹੜੀ ਕੱਚੀ ਬਾਣੀ ਹੈ, ਜਿਹੜੀ ਸਤਿਗੁਰੂ ਬਿਨਾਂ ਹੈ, ਜਿਹੜੀ ਜਿਹਨੂੰ ਦੇ ਨਾਲ ਸੇ ਤੂੰ ਆਖਣਾ ਉਹਦੇ ਬਿਨਾਂ ਸਿੱਖ ਹੀ ਨਹੀਂ ਬਣਦਾ। ਦੋ ਗੱਲਾਂ ਪੜ੍ਹਨ ਦੇ ਵਿੱਚ ਨਾ ਕਰ, ਬਸ ਮੇਰਾ ਮਕਸਦ ਇਹ ਹੈ। ਰਾਤ ਨੂੰ ਮੈਂ ਇੱਕ ਲਫ਼ਜ਼ ਕਹਿ ਰਿਹਾ, ਮੈਂ ਸਵੇਰੇ ਇਸ ਗੱਲ ਨੂੰ ਵਿਚਾਰਾਂਗਿਆ ਕਿ ਅਸੀਂ ਕਿਉਂ ਗੁਰੂ ਤੋਂ ਦੂਰ ਹੋ ਗਏ ਹਾਂ, ਕਿਉਂਕਿ ਜੇ ਗੁਰੂ ਦੀ ਗੱਲ ਨਹੀਂ ਮੰਨ ਰਿਹਾ ਤਾਂ ਉਹਦਾ ਕਾਰਨ ਹੈ। ਸਦੀਆਂ ਬੀਤ ਗਈਆਂ ਨੇ, ਜਵਾਬ ਕੋਈ ਨਹੀਂ, ਅਤੇ ਜਦੋਂ ਜਵਾਬ ਕੋਈ ਨਹੀਂ ਉਦੋਂ ਅਸੀਂ ਪੜਦੇ ਕਰਨੇ ਆ। ਮੈਂ ਰਾਤ ਵੀ ਇੱਕ ਲਫ਼ਜ਼ ਕਹਿ ਸਨ, ਪੜਦੇ ਗੁਰੂ ਬਿਲਕੁਲ ਨਹੀਂ ਕਰਦਾ, ਜਿੱਥੇ ਜਿੱਥੇ ਵੀ ਅਸੀਂ ਆਪਣੇ ਕਨਫਿਊਜ਼ਨ ਲਈ ਆਪਣੀ ਲੋੜ ਲਈ ਪੜਦੇ ਕੀਤੇ ਨੇ ਉਹ ਅੱਜ ਤੱਕ ਸਾਡੇ ਕੋਲੋਂ ਸਪਸ਼ਟ ਨਹੀਂ ਹੋਏ। ਅੰਮ੍ਰਿਤ ਦੀ ਦਾਤ ਵੇਲੇ ਇਹ ਪੜਦਾ ਕੀਤਾ, ਉਹਦਾ ਨਤੀਜਾ ਨਿਕਲਿਆ, ਅੱਜ ਤੱਕ ਇਹ ਫੈਸਲਾ ਨਾ ਕਰ ਸਕੇ ਗੁਰੂ ਨੇ ਸੀਸ ਕਿਹੜੇ ਮੰਗੇ ਅਤੇ ਕਿਹੜੇ ਦਿੱਤੇ। ਜਦੋਂ ਗੁਰੂ ਦਸਮ ਪਾਤਸ਼ਾਹ ਜੀ ਦਾ ਸਰੀਰ ਕਰਕੇ ਅੰਤਮ ਸਮਾਂ ਸੀ, ਜੋਤੀ ਜੋਤ ਸਮਾਨ ਦਾ ਸਮਾਂ ਸੀ, ਉਦੋਂ ਵੀ ਪੜਦਾ ਕਰ ਦਿੱਤਾ। ਅਸੀਂ ਕੀਤੇ ਨੇ, ਅਸੀਂ ਕੀਤੇ ਨੇ, ਇਤਿਹਾਸਕਾਰਾਂ ਦੀ ਕਲਮ ਨੇ ਕੀਤੇ ਨੇ, ਉਦੋਂ ਵੀ ਕਰ ਦਿੱਤਾ ਵੀ ਗੁਰੂ ਨੇ ਕਿਨਾਤ ਲਾ ਲਈ। ਅੰਮ੍ਰਿਤ ਛਕਾਉਣ ਵੇਲੇ ਵੀ ਕਿਨਾਤ ਲਾ ਲਈ, ਜਦੋਂ ਜੋਤੀ ਜੋਤ ਸਮਾਉਣਾ ਸੀ ਉਦੋਂ ਵੀ ਇਹ ਕਿਨਾਤ ਲਾ ਲਈ। ਅਤੇ ਚਿਖਾ ਕਿਨਾਤ ਦੇ ਅੰਦਰ ਚਨਾਈ ਹੈ, ਅਜੀਬ ਗੱਲ ਹੈ, ਆਪ ਘੋੜੇ ਸਮੇਤ ਅੰਦਰ ਚਲੇ ਗਏ। ਇਹ ਸਾਰਾ ਕੁਝ ਕਿਉਂ ਕੀਤਾ, ਕਿਨਾਤ ਦੇ ਅੰਦਰ ਕਿਉਂ ਕੀਤਾ,
ਜੇ ਅੰਦਰ ਨਾ ਕੀਤਾ ਹੁੰਦਾ ਤਾਂ ਆਹ ਵੱਖਰੀ ਇੱਕ ਸੰਪਰਦਾ ਜਿਹਨੂੰ ਅਸੀਂ ਨਾਮਧਾਰੀ ਸੰਪਰਦਾ ਆਖਦੇ ਹਾਂ, ਉਹ ਵੱਖਰੀ ਸੰਪਰਦਾ ਨਾ ਪੈਦਾ ਹੁੰਦੀ। ਤੁਸੀਂ ਪਰਦੇ ਵਿੱਚ ਕੀਤਾ, ਪਰਦਾ ਲਾਇਆ ਅਤੇ ਨਤੀਜਾ ਨਿਕਲਿਆ। ਅੱਜ 350 ਸਾਲ ਬੀਤ ਜਾਣ ਦੇ ਬਾਵਜੂਦ, 325 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੇ ਕਿ ਇਹ ਸੰਪਰਦਾ ਕੀ ਹੈ। ਗੁਰੂ ਸਾਹਿਬ ਘੋੜੇ ਸਮੇਤ ਅੰਦਰ ਚਲੇ ਗਏ। ਬੜੀ ਅਜੀਬ ਗੱਲ ਹੈ, ਗੁਰੂ ਸਾਹਿਬ ਦੇ ਫੁੱਲ ਤਾਂ ਚੁਗੇ ਗਏ ਅਤੇ ਘੋੜੇ ਦੇ ਫੁੱਲ ਨਾ ਚੁਗੇ ਗਏ। ਉਹ ਫੁੱਲ ਤਾਂ ਉਦੋਂ ਵੱਡੇ ਹੋਣੇ ਚਾਹੀਦੇ ਸਨ। ਨਾਮਧਾਰੀ ਸੰਪਰਦਾ ਨੇ ਉਹਦਾ ਫਾਇਦਾ, ਤੁਹਾਡੇ ਪਰਦੇ ਕਰਨ ਦਾ ਇਹ ਫਾਇਦਾ ਉਠਾਇਆ। ਉਹਨਾਂ ਆਖਿਆ ਗੁਰੂ ਸਾਹਿਬ ਤਾਂ ਸ਼ਹੀਦ ਜੋਤੀ ਜੋਤ ਸਮਾਏ ਨਹੀਂ, ਉੱਥੋਂ ਘੋੜੇ ਸਮੇਤ ਘੋੜੇ 'ਤੇ ਲਗਾਏ ਹੀ ਇਸ ਵਾਸਤੇ ਸਨ, ਉੱਥੋਂ ਕੈਨਾਤ ਦੇ ਦੂਜੇ ਪਾਸਿਓਂ ਨਿਕਲ ਗਏ ਅਤੇ ਉਹਨਾਂ ਜਾ ਕੇ ਜਿਹੜੇ ਸਾਡੇ ਗੁਰੂ ਨੇ ਬਾਬਾ ਬਾਲਕ ਨਾਥ ਨੂੰ, ਬਾਲਕ ਸਿੰਘ ਨੂੰ ਉੱਥੇ ਗੱਦੀ ਦਿੱਤੀ। ਉਹ ਗੱਦੀ ਅੱਜ ਤੱਕ ਚੱਲ ਰਹੀ ਹੈ। ਪਤਾ ਜੀ ਉਹਦਾ ਨਤੀਜਾ ਕੀ ਨਿਕਲਿਆ? ਅੱਜ ਤੱਕ ਗੱਦੀ ਨਾਮਧਾਰੀ ਆ ਸੰਪਰਦਾ ਦੀ ਚੱਲ ਰਹੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤ ਦੇ ਬਿਲਕੁਲ ਉਲਟ। ਉੱਥੇ ਹਵਨ ਹੁੰਦੇ ਨੇ, ਉੱਥੇ ਬੇਦੀਆਂ ਦੇ ਦੁਆਲੇ ਫੇਰੇ ਹੁੰਦੇ ਨੇ, ਅਗਨ ਦੇ ਦੁਆਲੇ ਫੇਰੇ ਹੁੰਦੇ ਨੇ। ਮੇਰੀ ਕੋਸ਼ਿਸ਼ ਰਹੀ ਕਿ ਕਿਸੇ ਤਰ੍ਹਾਂ ਇਸ ਸੰਪਰਦਾ ਬਾਰੇ ਵਿਚਾਰ ਕੀਤੀ ਜਾਏ। ਆ ਕੁਝ ਵਰ੍ਹੇ 15-20 ਸਾਲ ਪਹਿਲਾਂ ਵਰਲਡ ਸਿੱਖ ਸੰਮੇਲਨ ਹੋਇਆ ਸੀ, ਤੁਹਾਨੂੰ ਖੌਰੇ ਯਾਦ ਹੋਵੇ, ਬਜ਼ੁਰਗਾਂ ਨੂੰ ਯਾਦ ਹੋਵੇਗਾ, ਵਰਲਡ ਸਿੱਖ ਸੰਮੇਲਨ ਕੀਤਾ ਸੀ ਅੰਮ੍ਰਿਤਸਰ ਵਿੱਚ। ਉਦੋਂ ਕਿਉਂਕਿ ਵਰਡ ਦੇ ਹਰ ਫਿਰਕੇ ਅਤੇ ਹਰ ਸੰਪਰਦਾ ਦੇ ਸਿੱਖ ਬੁਲਾਏ ਸਨ, ਉਦੋਂ ਇਹਨਾਂ ਨਾਮਧਾਰੀਆਂ ਨੂੰ ਵੀ ਬੁਲਾਇਆ, ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਅਤੇ ਮੈਂ ਉਦੋਂ ਇੱਕ ਚਿੱਠੀ SGPC ਨੂੰ ਲਿਖੀ ਸੀ ਕਿ ਭਲਿਓ ਪਹਿਲਾਂ ਇਹ ਤਾਂ ਫੈਸਲਾ ਕਰ ਲਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਣ ਵਾਲਾ, ਅਗਨੀ ਦੇ ਦੁਆਲੇ ਫੇਰੇ ਕਰਨ ਵਾਲਾ, ਅਗਨੀ ਦੇ ਹਵਨ ਕਰਨ ਵਾਲਾ ਸਿੱਖ ਹੈ? ਅਤੇ ਜੇ ਹੈ ਤਾਂ ਸਾਡੇ ਲਈ ਪ੍ਰੋਬਲਮ ਬਣ ਜਾਏਗੀ। ਇੱਥੋਂ ਤਾਂ ਮਨ ਭਈ ਮਤ ਮੱਧਮ ਹੈ, ਕਿਉਂਕਿ ਅਸੀਂ ਕੋਈ ਚੀਜ਼ ਵੀ ਫੈਸਲਾ ਕੁਣ ਨਹੀਂ ਕਰ ਰਹੇ, ਦਰਮਿਆਨ 'ਚ ਖੜੇ ਹਾਂ। ਜੇ ਨਾਮ ਧਾਰੀਏ ਹਵਨ ਕਰਨ ਨਾਲ ਉਹ ਇੱਕ ਸਿੱਖ ਸੰਪਰਦਾ ਹੈ, ਜੇ ਨਾਮ ਧਾਰੀਏ ਸ੍ਰੀ ਉਹਨਾਂ ਨੇ ਇੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਿਆ। ਉਹਨਾਂ ਦੀ ਇੱਕ ਕਿਤਾਬ ਹੈ, ਮੇਰੇ ਕੋਲ ਹੈ, ਉਸ ਕਿਤਾਬ ਦਾ ਟਾਈਟਲ ਹੈ ਪੁਰਖ ਗੁਰੂ, ਤੁਸੀਂ ਵੀ ਬਜ਼ਾਰੋਂ ਲੈ ਸਕਦੇ ਹੋ। ਕੁਝ ਗੱਲਾਂ ਵਿਚਾਰਨ ਵਾਲੀਆਂ ਨੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਸਾਡਾ ਭਵਿੱਖ ਕਿਵੇਂ ਕੀਤਾ ਜਾ ਰਿਹਾ। ਉਹਨਾਂ ਦੀ ਉਹ ਕਿਤਾਬ ਹੈ ਪੁਰਖ ਗੁਰੂ, ਅਤੇ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਜ਼ਾਕ ਉਡਾਇਆ ਗਿਆ। ਅਤੇ ਅਸੀਂ ਉਹਨਾਂ ਨੂੰ ਸਿੱਖ ਸੰਪਰਦਾ ਮੰਨ ਲਿਆ। ਅਤੇ ਕਿਉਂ ਮੰਨੇ ਹਾਂ? ਕਿਉਂਕਿ ਉਹਨਾਂ ਨੇ ਇਹ ਕਹਿ ਦਿੱਤਾ ਪਰਦਾ
ਕਰਨ ਦਾ ਨਤੀਜਾ ਨਿਕਲਿਆ। ਉਹਨਾਂ ਨੇ ਇਹ ਕਹਿ ਦਿੱਤਾ ਵੀ ਗੁਰੂ ਦਸਮ ਪਾਤਸ਼ਾਹ ਉਸ ਕੈਨਾਤ ਵਿੱਚੋਂ ਬਾਹਰ ਨਿਕਲ ਗਏ ਅਤੇ ਬਾਲਕ ਸਿੰਘ ਨੂੰ ਜਾ ਕੇ ਗੱਦੀ ਦਿੱਤੀ। ਉਹ ਗੱਦੀ ਅੱਜ ਤੱਕ ਚੱਲ ਰਹੀ ਹੈ, ਮੇਰੀ ਮੀਟਿੰਗ ਵੀ ਹੋਈ ਉਹਨਾਂ ਨਾਲ। ਬਾਬਾ ਜਗਜੀਤ ਸਿੰਘ ਜਿਹੜਾ ਇਸ ਤੋਂ ਪਹਿਲਾਂ ਗੁਰੂ ਸੀ ਉਹਨਾਂ ਦਾ ਬਣਿਆ ਹੋਇਆ, ਉਹਨਾਂ ਨਾਲ ਮੈਂ ਮੀਟਿੰਗ ਰੱਖੀ ਕਿਉਂਕਿ ਭੈਣੀ ਸਾਹਿਬ ਮੈਂ ਨਹੀਂ ਸੀ ਜਾਣਾ, ਦਾਸ ਨੇ ਨਹੀਂ ਸੀ ਜਾਣਾ ਅਤੇ ਉਹਨਾਂ ਲਈ ਅਕਾਲ ਤਖ਼ਤ 'ਤੇ ਆ ਕੇ ਗੱਲ ਕਰਨੀ, ਅਕਾਲ ਤਖ਼ਤ ਦੀ ਸੇਵਾ ਦਰਮਿਆਨ ਦੀ ਗੱਲ ਹੈ, ਉਹਨਾਂ ਦਾ ਉੱਥੇ ਆਉਣ। ਅਸੀਂ ਫਿਰ ਮੀਟਿੰਗ ਰੱਖੀ ਨੀਲੋਂ ਵਾਲੀ ਪੁੱਲ 'ਤੇ ਕਿਉਂਕਿ ਮੈਂ ਚੰਡੀਗੜ੍ਹ ਜਾਂਦਾ ਹੋਇਆ ਉਸੇ ਰਸਤੇ ਲੰਘਦਾ ਸੀ ਅਤੇ ਉਹਨਾਂ ਨੂੰ ਵੀ ਭੈਣੀ ਸਾਹਿਬ ਤੋਂ ਨੇੜੇ ਪੈਂਦਾ ਸੀ, ਇਸ ਲਈ ਮੀਟਿੰਗ ਉੱਥੇ ਰੱਖੀ। ਉੱਥੇ ਵਿਚਾਰਾਂ ਕੀਤੀਆਂ, ਬੜੀ ਖੁੱਲ੍ਹਦਿਲੀ ਨਾਲ ਆਖਿਆ ਵੀ ਭਲਿਓ ਜੇ ਅਸੀਂ ਦਰਮਿਆਨ ਦੀ ਦੀਵਾਰ ਮੁਕਾਉਣੀ ਹੈ ਤਾਂ ਸਾਨੂੰ ਗੁਰੂ ਸਿਧਾਂਤ ਕਬੂਲ ਨਾ ਪਏਗਾ, ਗੁਰੂ 'ਤੇ ਪ੍ਰਤੀਤ ਕਰਨੀ ਪਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪ੍ਰਤੀਤ ਛੱਡ ਕੇ ਜੇ ਅਸੀਂ ਆਖੀਏ ਅਸੀਂ ਇੱਕ ਹੋ ਜਾਈਏ ਤਾਂ ਬੜਾ ਮੁਸ਼ਕਲ ਹੈ, ਉਹ ਤਾਂ ਕਿਤੇ ਰਾਮਧਾਰੀ ਰਹਿ ਗਏ। ਅੱਜ ਅਸੀਂ ਆਪਸ ਵਿੱਚ ਬੈਠ ਕੇ ਇੱਕ ਫੈਸਲਾ ਨਹੀਂ ਕਰ ਸਕਦੇ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਆਖਦਾ ਅਸੀਂ ਉਹ ਮੰਨਾਂਗੇ, ਮੇਰਾ ਹੋਰ ਕੋਈ ਇਖਤਲਾਫ ਨਹੀਂ। ਪਰ ਗੁਰੂ ਆਪਣੀ ਰਸਨਾ ਤੋਂ ਫੈਸਲਾ ਦਿੰਦਾ ਹੈ, ਕਹਿੰਦਾ ਬਿਨਾਂ ਪ੍ਰਤੀਤ ਤੋਂ ਨਾ ਜੀ, ਗੁਰੂ ਨੂੰ ਨਿਰੇ ਮੱਥੇ ਨਾ ਟੇਕ, ਨਿਰਾ ਦੁਨੀਆ ਨੂੰ ਕਿਸੇ ਪੜਦੇ ਅਤੇ ਓਹਲੇ ਵਿੱਚ ਆ ਕੇ ਜੇ ਤੈਨੂੰ ਸਟੇਜ ਵੀ ਮਿਲੀ, ਬਲਕਿ ਮੈਂ ਵਿਦਵਾਨ ਵੀਰਾਂ ਨੂੰ ਵੀ ਇਹ ਗੱਲ ਆਖਣਾ ਚਾਹੁੰਦਾ, ਭਲਿਓ ਜੇ ਤੁਹਾਡੀ ਗੱਲ ਸੰਸਾਰ ਜਾਂ ਕੌਮ ਸੁਣਦੀ ਹੈ ਤਾਂ ਇੱਕ ਖਿਆਲ ਰੱਖਿਓ ਓਹਲੇ ਵਿੱਚ ਨਹੀਂ, ਆਓ ਪੜ੍ਹਦੇ ਲਾਓ, ਗੁਰੂ ਪੜ੍ਹਦੇ ਲਾਉਂਦਾ ਹੈ। ਜੋ ਸੱਚ ਹੈ ਜਿਹਦਾ ਤੁਸੀਂ ਕੱਲ੍ਹ ਨੂੰ ਜਵਾਬ ਦੇ ਸਕੋ, ਜਿਹਦੇ ਸੰਬੰਧੀ ਵਿਚਾਰ ਸਟੇਜ 'ਤੇ ਕਰ ਸਕੋ, ਜਿਹਨੇ ਸਟੇਜ 'ਤੇ ਵਿਚਾਰ ਕਰਨ ਦੀ ਰੱਖਣੀ ਹੈ ਨਾ ਉਹਨੂੰ ਵਿਸ਼ਵਾਸ ਕਰਿਓ, ਪੜ੍ਹਦੇ ਨਹੀਂ ਓਹਲੇ ਦੀ ਲੋੜ ਨਹੀਂ, ਉਹਨੂੰ ਪ੍ਰਤੀਤ ਨਾਲ ਵਿਸ਼ਵਾਸ ਨਾਲ ਕੁਛ ਕਹਿਣਾ ਪਏਗਾ। ਇਸ ਲਈ ਸਿੰਘੋ ਜਿਹਨੇ ਆਪਾਂ ਇੱਥੇ ਆਉਂਦੇ ਹਾਂ ਇੱਕ ਵਿਸ਼ਵਾਸ ਲੈ ਕੇ ਜਾਈਏ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਹਰ ਗੱਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ, ਇਹ ਨਹੀਂ ਕਿ ਮੱਥਾ ਹੀ ਟੇਕਣੇ ਨੇ। ਜੇ ਕਿਸੇ ਹੋਰ ਦਾ ਕੋਈ ਗ੍ਰੰਥ ਸਾਡੇ ਸਾਹਮਣੇ ਆਇਆ ਤਾਂ ਉਹਨੂੰ ਆਖੋ ਸਾਨੂੰ ਕੋਈ ਇਤਰਾਜ਼ ਨਹੀਂ, ਤੂੰ ਲਿਖ ਸਕਣਾ ਹੈ, ਕਲਮ ਤੇਰੀ ਹੱਥ ਵਿੱਚ ਹੈ, ਪਰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬਚਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਸਿਧਾਂਤ ਹੈ ਉਹ ਦਿਖਾ। ਜੇ ਹੈ ਤਾਂ ਬੇਸ਼ੱਕ ਗੁਰੂ ਨਹੀਂ, ਫਿਰ ਵੀ ਗੁਰੂ ਨਹੀਂ, ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਪਰ ਉਸ ਗ੍ਰੰਥ ਨੂੰ ਉਸ ਵਿਚਾਰ ਨੂੰ ਪੜ੍ਹਿਆ ਜਾ ਸਕਦਾ, ਵਾਕਫੀਤ ਲਈ ਪੜ੍ਹਿਆ ਜਾ ਸਕਦਾ, ਪਰ ਪ੍ਰਤੀਤ ਸਾਡੀ ਉਦੋਂ ਹੀ ਬਣੇਗੀ ਜਦੋਂ ਉਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਏਗੀ। ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਛੱਡ ਕੇ ਕਿਸੇ ਪੜ੍ਹਦੇ
ਤੇ ਕਿਸੇ ਓਹਲੇ ਭਾਵੇਂ ਉਹ ਰਹਿਤ ਮਰਿਆਦਾ ਦਾ ਹੋਵੇ ਭਾਵੇਂ ਕਿਸੇ ਹੋਰ ਗ੍ਰੰਥ ਦਾ ਹੋਵੇ, ਜਿਹੜੀ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਉਹ ਗੱਲ ਅਸੀਂ ਪਬਲਿਕ ਵਿੱਚ ਪ੍ਰਚਾਰੀਏ, ਸੰਗਤ ਵਿੱਚ ਪ੍ਰਚਾਰੀਏ ਅਤੇ ਇਹ ਕਹਿ ਕੇ ਪ੍ਰਚਾਰੀਏ ਕਿ ਗੁਰੂ ਤਾਂ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਪਰ ਗੱਲ ਅਸੀਂ ਇਹਦੀ ਮੰਨਦੇ ਹਾਂ। ਅਤੇ ਗੁਰੂ ਨੇ ਇਹੋ ਗੱਲ ਆਖੀ ਬਾਣੀ ਵਿੱਚ, ਕਹਿਣ ਲੱਗੇ ਜਦੋਂ ਮੈਂ ਇਹੋ ਜਿਹੇ ਮਨੁੱਖਾਂ ਨੂੰ ਦੇਖਣਾ ਨਾ ਉਦੋਂ ਮੈਨੂੰ ਇਹ ਦਿਸਦਾ ਹੈ ਕਿ ਇਹ ਮੱਧਮ ਵਿੱਚ ਖਲੋਤੇ ਨੇ, ਦਰਮਿਆਨ ਵਿੱਚ ਖਲੋਤੇ ਨੇ, ਨਾ ਉੱਤਮ ਬਣ ਸਕੇ ਨੇ ਨਾ ਨੀਚ। ਇਹਨਾਂ ਨੂੰ ਗਿਆਨ ਹੈ, ਜਾਣਦੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕਿ ਕੁਸਲਾਤ, ਹਾਥ ਦੀਪ ਕੂਏ ਭਰੇ। ਇਹਨਾਂ ਨੂੰ ਪਤਾ ਹੈ ਪਰ ਓਹਲੇ ਵਿੱਚ ਆ ਕੇ ਗੁਰੂ ਦੀ ਪ੍ਰਤੀਤ ਛੱਡ ਰਹੇ ਨੇ। ਗੁਰੂ ਇਹੋ ਗੱਲ ਕਹਿੰਦੇ ਨੇ, ਅੰਤਰ ਅਗਿਆਨ ਭਈ ਮਤ ਮੱਧਮ, ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਸਤਿਗੁਰ ਕੀ ਪ੍ਰਤੀਤ ਨਾਈ, ਸਤਿਗੁਰ ਕੀ ਪ੍ਰਤੀਤ ਨਾਈ, ਭਈ ਮਤ ਮੱਧਮ ਭਈ ਮਤ ਮੱਧਮ, ਅੰਤਰ ਅਗਿਆਨ ਭਈ ਮਤ ਮੱਧਮ ਭਈ ਮਤ ਮੱਧਮ ਭਈ ਮਤ ਮੱਧਮ। ਅਖੀਰ ਤੇ ਕਹਿੰਦੇ ਨੇ, ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ, ਜੇ ਉਹਦੀ ਰਹਿਮਤ ਹੋਵੇ ਤਾਂ ਸ਼ਬਦ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ 'ਤੇ ਪ੍ਰਤੀਤ ਬਣ ਆਉਂਦੀ ਹੈ। ਫਿਰ ਮਨੁੱਖ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਰਹਿ ਜਾਂਦਾ, ਫਿਰ ਇਹ ਨਹੀਂ ਕਹਿੰਦਾ ਮੈਂ ਇਹਨੂੰ ਵੀ ਮਾਨਤਾ ਦਿੰਦਾ ਮੈਂ ਉਹਨੂੰ ਵੀ ਮਾਇਆ, ਫਿਰ ਇਹ ਭੁਲੇਖਾ ਨਹੀਂ। ਇਸ ਮੱਧਮ ਗੁਰੂ ਬਾਰ ਬਾਰ ਕਹਿ ਰਿਹਾ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਕਾਲ, ਨਿਹਾਲ ਨਿਹਾਲ ਨਿਹਾਲ। ਕਹਿੰਦੇ ਨੇ ਜੇ ਖੁਸ਼ੀਆਂ ਮਾਣਨਾ ਚਾਹੁੰਦੇ ਹੋ, ਜੇ ਸੁੱਖ ਮਾਣਨਾ ਚਾਹੁੰਦੇ ਹੋ ਤਾਂ ਇੱਕੋ ਤਰੀਕਾ ਹੈ ਕਿ ਨੇ ਕਪਟ ਹੋ ਜਾਓ, ਸਾਰੇ ਪਰਦੇ ਲਾ ਕੇ ਸੰਸਾਰ ਨੂੰ ਆਖੋ ਮੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੇ ਮੈਂ ਉੱਥੇ ਸਿਰ ਝੁਕਾਉਣਾ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾਚਕ ਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।